ਪਿੰਡਾਂ ਵਿੱਚ ਆਪਣੇ ਹੀ ਕਮਾਂਡੋ ਦੇ ਥੱਪੜ ਮਾਰਦੇ ਹੋਏ ਇਹ ਨੇ AIG ਗੁਰਮੀਤ ਸਿੰਘ, ਜਿਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਜ਼ੀਰਕਪੁਰ ਚ ਹੋਏ ਗੈਂਗਸਟਰ ਅੰਕਿਤ ਦੇ ਐਨਕਾਊਂਟਰ ਦੇ ਵੇਲੇ ਦਾ ਹੈ ਤੇ ਕਮਾਂਡੋ ਜਵਾਨ ਵੀ ਗੈਂਗਸਟਰ ਦਾ ਐਨਕਾਊਂਟਰ ਕਰਨ ਵਾਲੀ ਪੁਲਿਸ ਟੀਮ ਦਾ ਹਿੱਸਾ ਸੀ, ਜਿਸ ਨੂੰ AIG ਸਾਹਿਬ ਥੱਪੜ ਮਾਰਦੇ ਹੋਏ ਗੱਡੀ ਤੇ ਚੜਾ ਰਹੇ ਨੇ। ਉਹ ਵੀ ਉਦੋਂ ਜਦੋਂ ਮੀਡੀਆ ਤੇ ਆਸ-ਪਾਸ ਦੇ ਲੋਕ ਉੱਥੇ ਮੌਜੂਦ ਸਨ। ਇਹ ਵੀਡੀਓ ਨਵੇਂ ਬਣੇ DGP ਦਿਨਕਰ ਗੁਪਤਾ ਸਾਹਿਬ ਤੁਹਾਡਾ ਵੀ ਵੇਖਣਾ ਜ਼ਰੂਰੀ ਹੈ, ਕਿਉਂਕਿ ਪੰਜਾਬ ਪੁਲਿਸ ਹੋਰਾਂ ਤੇ ਹੱਥ ਚੁੱਕਦੇ ਤਾਂ ਬਥੇਰੀ ਵਾਰ ਵੇਖੀ ਹੈ, ਪਰ ਪੁਲਿਸ ਅਫਸਰ ਆਪਣੇ ਹੀ ਜਵਾਨ ਤੇ ਹੱਥ ਚੁੱਕਣ ਇਹ ਪਹਿਲੀ ਵਾਰ ਵੇਖਿਆ। ਇੱਥੇ ਨਹੀਂ, ਜਦੋਂ ਇਸ ਬਾਰੇ ਅਫਸਰ ਸਾਹਿਬ ਦਾ ਪੱਕ ਜਾਣਨਾ ਚਾਹਿਆ ਤਾਂ ਉਹਨਾਂ ਦੈਨਿਕ ਸਵੇਰਾ ਨੂੰ ਕਿਹਾ ਨੋ ਕਮੈਂਟਸ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ TV।